पकौड़े और आलू आलू गाजर गाजर और मटर की सब्जी रोटी कौन सी अपनी क्या देख तारी का वो कहता है जो बिस्मिल्लाहिर्रहमानिर्रहीम अस्सलाम वालेकुम कैसे हैं आप सब मिलकर आप सब कैसे हैं मेरा तलाब को खुश रखे हर मेरे दोस्त देखो जहाँ पे इससे पहली दुआ मैं तो बहुत शुरू करते हैं शुरू कर दिया चलिए आज का मेरे लिए बहुत सारे मेरे से सारे तो मेरे से उस पर भी इतना कुछ कर दो बेला के बुलाते प्रेस करो ना सर मेरे हाथ में इतने नोटिफिकेशन में पाए गए कर आज ये वीडियो कुछ ऐसा जी जो मैं कर दिया था आज माशाल्लाह रोजा कितना हो गया 11 11 माशाल्लाह सारे मेरे को जा रहे हैं नजदीक इस टाइम होटल तो नहीं है होटल है थोड़ी दूर पै जाते फिर मजदूर है उसे इस वास्ते सारी कोशिश होगी कि अस जिन्ना सा मैं दुआ कर रही थी बस मैंने बेटी का पेपर अच्छा चल रहा है माशाल्लाह मेरी बेटी का भी पहला अपना मेरी दुआ वाला पेपर बहुत अच्छा हुआ बेटी को कामयाबियाँ प्राप्त कराई देखो जी असं चाहते हैं कि सारी बेटी जी अपने पैरों पर खड़ी हो गई माशाल्लाह कुछ बने अल्लाह तला दुआ करना अल्लाह तला बहुत बेटा लगे दो बेटा लगे अल्लाह तला उस बच्ची वास्ते बहुत सारी आसानियाँ ठीक है ना हर माँ बाप यही चाहता वा कि सा बच्चा जरा भी खुश हो खाने पीने वाला खाने पीने वाला या खाने पीने के बगैर चलो ये आप पहले हाथ धोने दो क्या किया आपने चलो वाश करके हो जल्दी वाश करके हमें वाश कर नहीं किए इसने हैंड वॉश नहीं किए अरे शाबाश मेरा बेटी तो बहुत अच्छा बच्चा है इतना आपको कैसा लगता है मेरा बेटा बहुत खुश बेबी है अच्छा ये पूरा नहीं पेट तैयार हो गई है उस आदमी का भेज दो बच्चा वाला भी भेज दो बड़ा ही मेरे सुने अपना सारा
ਇਨਸਾਨ ਤੇ ਨਾ ਸ਼ੁਕਰਾ ਵੀ ਇਨਸਾਨ ਤੇ ਲੱਗਦਾ ਹੀ ਨਹੀਂ। ਅੱਛਾ ਇਸ ਤਰ੍ਹਾਂ ਕਰ ਆਹ ਕਿਹਦੇ ਬਾਰੇ ਬੋਲ ਰਿਹਾ ਜੈਨ ਦੀ ਇਸ ਟਾਈਮ ਡਿਊਟੀ ਹੁੰਦੀ ਹੈ ਨਾ ਕਿ ਜਿੱਥੇ ਜਿੱਥੇ ਅਸੀਂ ਹਸਪਤਾਲ ਭੇਜਣੀ ਹੁੰਦੀ ਹੈ ਜੈਨ ਟਰਾਂਸਪੋਰਟ ਵਾਲਾ ਕਰਤਾ ਵੀ ਜਾਣਾ ਹੁੰਦਾ ਹੈ। ਮਾਸ਼ਾਅੱਲਾ ਜੀ ਸੇਬ ਵੀ ਕੱਟ ਲੈਣੇ, ਫਰੂਟ ਚਾਟ ਵੀ ਆ ਗਈ ਬਾਜੀ ਘਰੋਂ, ਔਰ ਇੱਧਰ ਖਜੂਰ ਆ, ਇੱਕ ਚਨਾਰ ਦਾ ਸਾਲਣ ਆਇਆ ਹਮਸਾਇਆਂ ਦੇ ਘਰੋਂ, ਇੱਧਰ ਪਕੌੜੇ ਨੇ ਮਾਸ਼ਾਅੱਲਾ, ਇੱਧਰ ਸਾਡਾ ਸਾਲਣ ਜਿਵੇਂ ਕਿ ਭੈਣ ਭਈਆਂ ਦਿਖਾਇਆ ਵਾ, ਠੀਕ ਹੈ ਨਾ, ਰੋਟੀ ਹਰ ਚੀਜ਼ ਤਿਆਰ ਆ। ਇੱਧਰ ਦੇਖੋ ਮੁਹੰਮਦ ਵੀ ਆ ਗਿਆ ਮਾਸ਼ਾਅੱਲਾ, ਅਫਤਾਰੀ ਕਰਨ ਆਇਆ ਵਾ, ਅਫਤਾਰੀ ਕਰਨ ਵਾਸਤੇ ਆਇਆ ਮੁਹੰਮਦ, ਅਫਤਾਰੀ ਕਰਨ ਆਇਆ, ਜਲਦੀ ਸਲਾਮ ਬੁਲਾਓ ਫਿਰ। ਹਾਂਜੀ ਯਾਰ ਆਪ ਵੀ, ਹਾਂਜੀ ਤੁਸੀਂ ਅਫਤਾਰੀ ਕਰਨੀ ਹੈ, ਚਲੋ ਸਲਾਮ ਬੁਲਾਓ ਫਿਰ। ਇਹ ਸ਼ਹਿਜ਼ਾਦਾ ਬਹੁਤ ਚਲਾਕੀਆਂ ਮਾਰਦਾ ਜੀ। ਮਾਸ਼ਾਅੱਲਾ ਜੀ, ਸੇਬ, ਫਰੂਟ ਚਾਟ, ਪਕੌੜੇ, ਅਤੇ ਚਨਾਰ ਦਾ ਸਾਲਣ, ਔਰ ਖਜੂਰ, ਇੱਧਰ ਆਲੂ, ਮਟਰ, ਗਾਜਰਾਂ, ਮਾਸ਼ਾਅੱਲਾ। ਅੱਛਾ ਜੀ ਮਾਸ਼ਾਅੱਲਾ, ਸਾਰੀ ਮੈਂ ਅੱਜ ਕੱਲ੍ਹ ਜਿੱਥੇ ਦੇਣਾ ਸੀ ਉੱਧਰ ਵੀ ਦੇਤਾ ਵਾ, ਠੀਕ ਹੈ ਨਾ, ਅਫਤਾਰੀ ਦਾ ਸਮਾਨ ਦੇਤਾ ਵਾ, ਅਤੇ ਆਪਣੇ ਬੱਚਿਆਂ ਵਾਸਤੇ ਵੀ ਮਾਸ਼ਾਅੱਲਾ ਸਭ ਨੂੰ ਮੈਂ ਦੇਤਾ ਵਾ, ਅਤੇ ਹੁਣ ਰਹਿ ਗਿਆ ਜੀ ਮੁਹੰਮਦ ਅਯਾਨ ਸੁਲਤਾਨ ਆਦੇ ਗੁੱਸੇ ਨੂੰ ਕੀ ਨਾਮ ਆ ਜ਼ੁਲਕਰ ਮੈਮ, ਹਾਂਜੀ ਚਲੋ ਐਦੇ ਮੁਹੰਮਦ, ਠੀਕ ਹੋ ਗਿਆ ਮੁਹੰਮਦ ਵੀ ਮਾਸ਼ਾਅੱਲਾ ਸਾਡੇ ਇਕੱਠੇ ਅਫਤਾਰੀ ਕਰਦਾ ਆ ਗਿਆ, ਹਜੇ ਨਹੀਂ ਖਾਣਾ, ਸਬਰ ਕਰੋ ਜਦੋਂ ਅਸੀਂ ਖਾਵਾਂਗੇ ਦੁਆ ਮੰਗਦੇ ਤੇ ਖਾਣਾ, ਓਕੇ ਆਰਾਮ ਸੇ ਬੈਠੋ ਜੀ, ਜੇ ਰੋਜ਼ਾ ਖੁੱਲੇਗਾ ਰੋਜ਼ਾ ਅਫਤਾਰ ਹੋਏਗਾ ਫਿਰ ਆਪਾਂ ਦੁਆ ਮੰਗਾਂਗੇ, ਸਭ ਲੋਕ ਦੁਆ ਮੰਗ ਕੇ ਫਿਰ ਆਪਾਂ ਖਾਣਾ, ਓਕੇ ਹਾਂਜੀ। ਜੁਮੇ ਦਾ ਰੋਜ਼ਾ ਜੀ, ਸ਼ਾਮ ਦਾ ਅਫਤਾਰੀ ਦਾ ਟਾਈਮ ਹੈ, ਦੁਆ ਮੰਗੋ ਤਾਂ ਕਿ ਅੱਲਾਹ ਤਾਲਾ ਸਾਰੀ ਨੀਂਦ ਦੇ ਦੀ ਬਾਤ ਕਰ ਕੇ ਤੁਹਾਨੂੰ ਬਹੁਤ ਅੱਛੇ ਹੋ ਜਾਣ, ਇਨਸ਼ਾ ਅੱਲਾਹ ਇਨਸ਼ਾ ਅੱਲਾਹ, ਜੇ ਤੱਕ ਇਨਸ਼ਾ ਅੱਲਾਹ। ਅੱਜ ਸ਼ਰਬਤ ਨਹੀਂ ਬਣਾਇਆ ਕਿਉਂ ਗਲੇ ਬਹੁਤ ਜ਼ਿਆਦਾ ਖਰਾਬ ਨੇ, ਦੇ ਆ ਜੋ ਮੇਰਾ ਸ਼ਰਬਤ ਜਿਹੜਾ ਸਭ ਇਹ ਲੈ ਕੇ ਆ ਸੀਗਾ, ਅਟੈਕ ਇਹਦੇ ਦਾ ਵੀ ਟੈਕ ਬਣਾਈ ਹੈ, ਮੈਂ ਕਿਹਾ ਬਿਲਕੁਲ ਨਹੀਂ ਅਭੀ ਨਹੀਂ ਬੇਟੇ, ਅਭੀ ਨਾ ਰੋਜ਼ਾ ਖੋਲ ਕੇ ਦੇਖਾਈ, ਅਤੇ ਮੈਂ ਕਿਹਾ ਵੀ ਟੈਕ ਨਹੀਂ ਹਾਲੇ ਬਣਾਉਣਾ ਹੈਗਾ, ਗਲਾ ਬਿਲਕੁਲ ਤੇਰਾ ਠੀਕ ਹੋ ਜਾਏ, ਹਾਲੇ ਸਰਦੀ ਆ, ਹਾਲੇ ਸਰਦੀ ਦੇ ਰੋਜ਼ੇ ਨੇ, ਕੋਈ ਗਰਮੀ ਦੇ ਰੋਜ਼ੇ ਨਹੀਂ, ਮਿੱਠੇ ਪਾਣੀ ਦੀ ਮੌਸਮ ਨਹੀਂ ਹੈਗੀ, ਹਾਲੇ ਮੈਂ ਬਿਲਕੁਲ ਮਿੱਠਾ ਪਾਣੀ ਨਹੀਂ ਬਣਾ ਲਿਆ, ਤਾਂ ਮੇਰੀ ਮੇਰਾ ਵੀ ਗਲਾ ਬਹੁਤ ਪਕੜਿਆ ਪਿਆ, ਸਭ ਦੇ ਗਲੇ ਖਰਾਬ ਹੋਏ ਹੋਏ, ਇਹਦੇ ਵਿੱਚ ਮਿੱਠਾ ਪਾਣੀ ਇਸਤੇਮਾਲ ਕਰਦੇ ਹਾਂ, ਮਾਸ਼ਾਅੱਲਾ ਜੀ ਸਭ ਦੇ ਰੋਜ਼ੇ, ਹਾਂਜੀ ਨੂਰ ਫਾਤਮਾ ਦਾ ਵੀ ਰੋਜ਼ਾ ਹੈ ਅੱਜ, ਪਿਛਲੇ ਸਾਲ ਵੀ ਮਾਸ਼ਾਅੱਲਾ ਜਿਹੜਾ ਸੀਗਾ 10-12 ਰੋਜ਼ੇ ਰੱਖੇ ਸੀਗੇ, ਔਰ ਰੈਗੂਲਰ ਰੱਖੇ ਸੀ, ਫਿਰ ਮੈਂ ਕਹਿ ਕੇ ਚਲਵਾਏ ਸੀਗੇ, ਠੀਕ ਹੈ ਨਾ, ਬੱਚੇ ਦਾ ਦਿਲ ਕਰਦਾ ਸ਼ੌਕ ਆ, ਲੇਕਿਨ ਇਸ ਬੱਚੇ ਨੂੰ ਇੰਨੇ ਬੱਚਾ ਜਿਹੜਾ ਲੱਗਦਾ ਨਾ, ਠੀਕ ਹੈ ਮੈਂ ਮੰਨਿਆ ਪਿਆ ਤਾਂ ਮਿੰਟ ਮੰਨਦੀ ਹਾਂ ਕਿ ਇੰਨੇ ਬੱਚੇ ਰੋਜ਼ਾ ਰੱਖਣਾ ਚਾਹੀਦਾ, ਲੇਕਿਨ ਜੇ ਬੱਚਾ 7 ਸਾਲ ਦਾ ਹੋ ਜਾਂਦਾ ਨਾ, ਤਾਂ ਉਹ 7 ਸਾਲ ਉੱਤੇ ਜੀ ਬੱਚਾ ਜਿਹੜਾ ਉਹਦੇ ਨਵਾਸ ਇਹ ਗੁਰਾਨ ਚੀਜ਼ਾਂ ਵਾਜਬ ਹੋ ਜਾਂਦੀਆਂ। ਚਲੋ ਜੀ ਕੀ ਹੋ ਗਿਆ ਪਤਾ ਨਹੀਂ ਇਸ ਨਾਲ, ਅਤੇ ਮਾਸ਼ਾਅੱਲਾ ਜਿਹੜਾ ਸੀਗਾ ਵੀ ਪਿਛਲੇ ਸਾਰੇ ਰੋਜ਼ੇ ਰੱਖੇ ਸੀ, ਐਡੀ ਵੀ ਅਤੇ ਅਸੀਂ ਵੀ ਜੋ ਸਾਡੇ ਪਤਾ ਬੱਚੀ ਆ, ਲੇਕਿਨ ਬੱਚੇ ਜ਼ਿੱਦ ਕਰ ਜਾਂਦੇ ਨੇ, ਅਤੇ ਬੱਚਿਆਂ ਦੀ ਜ਼ਿੱਦ ਅੱਗੇ ਮਾਂ ਬਾਪ ਹਾਰ ਜਾਂਦਾ ਵਾ, ਠੀਕ ਹੈ ਨਾ, ਇਸ ਕਰਕੇ ਬੱਚਿਆਂ ਦੀ ਜ਼ਿੱਦ ਜਿਹੜੀ, ਚਲੋ ਇਹਦੇ ਰੋਜ਼ੇ ਅੱਲਾਹ ਤਾਲਾ ਪਤਾ ਨਹੀਂ ਅਸੀਂ ਇਨਕਾਰ ਕਰੀਏ, ਸਾਨੂੰ ਕੋਈ ਅੱਲਾਹ ਤਾਲਾ ਦੇ ਘਰ 'ਚ ਨਾਰਾਜ਼ਗੀ ਹੋਵੇ, ਅੱਲਾਹ ਤਾਲਾ ਨਾਰਾਜ਼ ਹੋਵੇ, ਅਸੀਂ ਵੀ ਚਾਹੁੰਦੇ, ਠੀਕ ਹੈ ਨਾ, ਸਾਡੇ ਬੱਚੇ ਖੁਸ਼, ਸਾਡਾ ਰੱਬ ਇਹਨਾਂ ਤੋਂ ਜ਼ਿਆਦਾ ਖੁਸ਼ ਹੋਏਗਾ, ਠੀਕ ਹੈ ਨਾ, ਅਸੀਂ ਇਸ ਕਰਕੇ ਆਪਣੇ ਬੱਚਿਆਂ ਦੀ ਖੁਸ਼ੀ ਦੇਖੀ, ਜਿਸ ਵਿੱਚ ਸਾਡੇ ਬੱਚਿਆਂ ਦੀ ਖੁਸ਼ੀ ਹੋਵੇ ਅਸੀਂ ਉਹ ਕੰਮ ਕਰਦੇ ਹਾਂ, ਅਤੇ ਕੋਈ ਗੱਲ ਨਹੀਂ, ਅੱਲਾਹ ਤਾਲਾ ਇਹਦਾ ਰੋਜ਼ਾ ਤੇਰਾ ਡਬਲ ਤ੍ਰਿਪਲ ਅੱਲਾਹ ਤਾਲਾ ਆਪਣੇ ਬਾਰ ਗਿਆ ਕਬੂਲ ਮਨਜ਼ੂਰ ਫਰਮਾਉਂਦਾ, ਪਤਾ ਇਹਨੇ ਛੋਟੇ ਬੱਚੇ ਦਾ, ਅਤੇ ਬੜੀ ਹਿੰਮਤ ਆ, ਸਕੂਲ ਵੀ ਪੜ੍ਹ ਕੇ ਆਈ ਆ, ਅਤੇ ਅੱਜ ਮਾਸ਼ਾਅੱਲਾ ਜਿਹਾ ਪੂਰਾ ਦਿਨ ਨਵਾਇਆ, ਰੋਜ਼ਾ ਤੇ ਵੀ ਰੱਖੇ ਮਾਸ਼ਾਅੱਲਾ, ਪੂਰਾ ਜੁਮਾ ਪੜ੍ਹ ਕੇ ਮਸਜਿਦ ਵਿੱਚ, ਮਸਜਿਦ ਵਿੱਚ, ਅਰੇ ਵਾਹ ਸ਼ਹਿਜ਼ਾਦੀ ਰੱਖੀ ਫਿਰ ਤਾਂ, ਅੱਛਾ ਸਾਡੇ ਲਾਗੇ ਬੰਦੇ ਮਸਜਿਦ ਆ, ਅਤੇ ਉੱਥੇ ਔਰਤਾਂ ਦਾ ਰਹਿੰਦਾ ਨਾ, ਇਸ ਕਰਕੇ ਮੈਂ ਤਾਂ ਘਰ ਹੀ ਪੜ੍ਹਿਆ ਸੀਗਾ, ਠੀਕ ਹੈ ਨਾ, ਤਾਂ ਕਰਕੇ ਮੈਨੂੰ ਪਤਾ ਨਹੀਂ, ਕਿ ਤੁਸੀਂ ਕਿਹਾ ਸੀ ਮੈਨੂੰ ਲੈਣ ਨਾਲ ਲੈ ਜਾਂਦੀਆਂ ਹੈ, ਉੱਧਰ ਸੀ ਮੈਂ ਚੱਲਾਂ ਸੀ, ਮੈਂ ਕਿਹਾ ਚਲੋ ਇਹ ਅੰਸਰ ਮਾਰ ਲਈ ਗਿਆ, ਮੈਂ ਕਿਹਾ ਚਲੋ ਮੇਰੇ ਨਾਲ ਮਾਰ ਲਈ, ਸਾਡੀ ਅਫਤਾਰੀ ਦਾ ਟਾਈਮ ਹੋ ਗਿਆ ਸੀ, ਆਵਾਜ਼ ਆਉਣ ਲੱਗ ਗਈ ਸੀ ਬਾਹਰੋਂ, ਫਿਰ ਉਹਦੇ ਦਾਦਾ ਵਰਗਾ ਨੇ ਵੀ ਜੇ ਤਿਆਰ ਹੋ ਰੋਜ਼ ਅਫਤਾਰ ਕਰ ਲਿਆ, ਜਿਸ ਤੋਂ ਮਾਂ ਦੇ ਜਵਾਬ ਕਰਨਾ ਹੋ ਗਿਆ, ਅੱਲਾਹ ਦੇ ਸਮਾਂ ਦੀ ਅੱਲਾਹ ਮੰਨਾ ਲਾ ਕੇ ਸੰਤੋ ਕਾ ਮਾਵੇ ਕਾ ਮੰਤੋ ਕਾ ਬੋਲੇ ਜੋ ਕਾ ਤੋ ਸੰਤੋ ਕਾ।
बेटे आप भी लो जरूर लगभग।